ਕ੍ਰਿਕਟ ਖਿਡਾਰੀਆਂ ਵੰਨਿਓ ਦਿਵਿਆਂਗਾਂ ਦੀ ਨਕਲ ਕਰਨਾ ਉਹਨਾਂ ਨੂੰ ਮਹਿੰਗਾ ਪੈ ਸਕਦਾ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਐਗੀਟੇਸ਼ਨ ਨੇ ਉਹ ਦਿਵਿਆਂਗ ਕਰਦੇ ਨਜ਼ਰ ਆ ਰਹੇ। ਤੁਸੀਂ ਤਸਵੀਰਾਂ ਵੇਖੋ ਕਿ ਤਸਵੀਰਾਂ ਦੇ ਵਿੱਚ ਜਿਹੜੇ ਅਪਾਹਿਜ ਨੇ, ਦਬਾਂਗ ਨੇ, ਦਿਵਿਆਂਗ ਨੇ, ਉਹ ਕਿਤੇ ਨਾ ਕਿਤੇ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਹੈ ਉਹ ਅਲੱਗ ਅਲੱਗ ਜਗ੍ਹਾਵਾਂ 'ਤੇ ਕਰ ਰਹੇ ਨੇ। ਔਰ ਬਠਿੰਡਾ ਦੇ ਵਿੱਚ ਜਿਹੜੇ ਦਿਵਿਆਂਗ ਨੇ ਉਹ ਕਿਤੇ ਨਾ ਕਿਤੇ ਕ੍ਰਿਕਟ ਦੇ ਖਿਡਾਰੀਆਂ ਦੇ ਖਿਲਾਫ਼ ਗੁੱਸਾ ਕੱਢਦੇ ਨਜ਼ਰ ਆ ਰਹੇ ਨੇ, ਕਹਿ ਰਹੇ ਕਿ ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਦੀ ਛਵੀ ਨੂੰ ਆਹਤ ਪਹੁੰਚੀ ਹੈ, ਕਿਤੇ ਨਾ ਕਿਤੇ ਦੁੱਖ ਦੇ ਵਿੱਚ ਨੇ, ਕਹਿ ਰਹੇ ਆ ਕਿ ਸਾਡਾ ਮਜ਼ਾਕ ਉਡਾਇਆ ਗਿਆ। ਆਪਾਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਦੇ ਹਾਂ ਕਿ ਆਖਿਰਕਾਰ ਨਾਰਾਜ਼ਗੀ ਕਿਸ ਤਰ੍ਹਾਂ ਦੀ ਹੈ। ਪ੍ਰਧਾਨ ਜੀ ਕੀ ਕਹੋਗੇ, ਬੜੇ ਨਾਰਾਜ਼ ਨਜ਼ਰ ਆ ਰਹੇ ਹੋ, ਆਖਿਰਕਾਰ ਗੁੱਸਾ ਕਿਸ ਗੱਲ ਦਾ? ਨਾਰਾਜ਼ਗੀ ਤਾਂ ਗੱਲ ਹੀ ਹੈ ਸਰ, ਮੈਂ ਰਾਸ਼ਟਰੀ ਦਿਵਿਆਂਗ ਤੋਂ ਸੂਬਾ ਪ੍ਰਧਾਨ ਲੱਖਾ ਸਿੰਘ ਸੰਗਰ ਔਰ ਸਾਡੀ ਫਿਜ਼ੀਕਲ ਹੈਂਡੀਕੈਪਟ ਦੇ ਸਾਰੇ ਮੈਂਬਰ ਲਾਭ ਸਿੰਘ ਜੋ ਬਲਕਰਨ ਸਿੰਘ ਜੀ ਸਾਰੇ ਜੋ ਅਸੀਂ ਸਾਂਝੇ ਮੋਰਚੇ 'ਤੇ ਅੱਜ ਇਕੱਠੇ ਹੋਏ ਹਾਂ ਕਿਉਂਕਿ ਸਾਰੇ ਦਿਵਿਆਂਗ ਭੈਣ ਭਰਾਵਾਂ ਨੂੰ ਜਿਹੜੀ ਹੈ ਉਹ ਦਿਲ 'ਤੇ ਸੱਟ ਵੱਜੀ ਹੈ। ਬੀਤੇ ਦਿਨਾਂ ਦੇ ਵਿੱਚ ਤੁਸੀਂ ਵੀ ਉਹ ਵੀਡੀਓ ਵਾਇਰਲ ਹੋਈ ਦੇਖੀ ਹੋਣੀ ਇੰਸਟਾਗ੍ਰਾਮ 'ਤੇ, ਹਰਭਜਨ ਭੱਜੀ ਦੇ ਇੰਸਟਾਗ੍ਰਾਮ ਤੋਂ ਜੋ ਸੰਸਦ ਵੀ ਨੇ ਔਰ ਪੰਜਾਬੀਆਂ ਦੀ ਜਿਹੜੀ ਹੈਗੀ ਆ ਉਹ ਮੋਹਤਵਾਰ ਨੇ, ਉਹਨਾਂ ਦੀ ਨੁਮਾਇੰਦਗੀ ਕਰਦੇ ਆ। ਉਹਨਾਂ ਨੇ ਬੰਨੀਓ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਜੋ ਟਰਾਫੀ ਹੈ ਦਾ ਲੈਜੈਂਡ ਆਫ ਟਰਾਫੀ ਜਿਹੜਾ ਟੂਰਨਾਮੈਂਟ ਹੋਇਆ ਸੀਗਾ ਸਾਬਕਾ ਕ੍ਰਿਕਟ ਖਿਡਾਰੀਆਂ ਦਾ, ਪਾਕਿਸਤਾਨ ਤੋਂ ਜਿੱਤੇ ਸਨ ਪਿਛਲੇ ਦਿਨਾਂ ਦੇ ਵਿੱਚ, ਉਸ ਦੇ ਜਿੱਤਣ ਤੋਂ ਬਾਅਦ ਉਹਨਾਂ ਨੂੰ ਵੰਨਿਓ ਸੈਲੀਬ੍ਰੇਟ ਕੀਤਾ ਗਿਆ। ਉਸ ਸੈਲੀਬ੍ਰੇਟ ਦੇ ਵਿੱਚ ਕੀ ਦਰਸਾਇਆ ਜਾਂਦਾ ਕਿ ਇੱਕ ਦਿਵਿਆਂਗ ਜਿਵੇਂ ਵਿਚਾਰੇ ਉਹ ਔਖੇ ਹੋ ਕੇ ਚੱਲਦੇ ਆ, ਜਿਵੇਂ ਉਹਨਾਂ ਨੂੰ ਕੁਦਰਤੀ ਤੌਰ 'ਤੇ ਮਾਰ ਪਈ ਹੈ, ਵਿਚਾਰਿਆਂ ਨੂੰ ਕੋਈ ਜਨਮ ਤੋਂ ਜਿਹੜਾ ਹੈਗਾ ਲੰਗੜਾ ਕੇ ਤੁਰਦਾ, ਕੋਈ ਕਿਵੇਂ ਔਖਾ ਹੋ ਕੇ ਸੰਘਰਸ਼ ਕਰ ਰਿਹਾ ਜ਼ਿੰਦਗੀ 'ਚ, ਉਵੇਂ ਉਹਨਾਂ ਦੀ ਨਕਲ ਉਤਾਰ ਕੇ ਉਹਨਾਂ ਕੰਨਿਓ ਜਿੱਤਣ ਤੋਂ ਬਾਅਦ ਸੈਲੀਬ੍ਰੇਟ ਕੀਤਾ ਗਿਆ। ਹਰਭਜਨ ਸਿੰਘ ਭੱਜੀ ਸਾਬਕਾ ਖਿਡਾਰੀ ਕ੍ਰਿਕਟ ਖਿਡਾਰੀ ਔਰ ਯੁਵਰਾਜ ਸਿੰਘ ਸਾਬਕਾ ਕ੍ਰਿਕਟ ਖਿਡਾਰੀ ਔਰ ਸ਼੍ਰੇਸ਼ ਰੈਨਾ ਸਾਬਕਾ ਕ੍ਰਿਕਟ ਖਿਡਾਰੀ, ਇਹਨਾਂ ਸੀਨੀਅਰ ਪਲੇਅਰਾਂ ਵੰਨਿਓ ਇਹ ਗੰਦੀ ਹਰਕਤ ਕੀਤੀ ਗਈ ਹੈ। ਉਹ ਸਫਾਈ ਦੇ ਰਹੇ ਆ, ਕਹਿੰਦੇ ਕਿ ਸਾਡਾ ਲਹਿਜ਼ਾ ਇਹ ਨਹੀਂ ਸੀਗਾ, ਅਸੀਂ ਤਾਂ ਕੋਈ ਹੋਰ ਕੁਝ ਕਹਿਣਾ ਚਾਹੁੰਦੇ ਸੀ, ਮਾਫੀ ਵੀ ਉਹਨਾਂ ਨੇ ਬਕਾਇਦਾ ਮੰਗੀ ਹੈ ਸੋਸ਼ਲ ਮੀਡੀਆ 'ਤੇ। ਦੇਖੋ ਸਰ, ਅੱਜ ਜੇ ਦਿਵਿਆਂਗ ਦੇ ਕਿਸੇ ਦੇ ਥੱਪੜ ਮਾਰ ਕੇ ਕੱਲ੍ਹ ਨੂੰ ਕੋਈ ਕਹਿ ਦੇ ਵੀ ਮੈਂ ਮਾਫੀ ਮੰਗਦਾ, ਇਹ ਥੱਪੜ ਮਾਰਨ ਤੋਂ ਕਤਲ ਤੋਂ ਵੀ ਭੈੜੀ ਜਿਹੜੀ ਹਰਕਤ ਇਹਨਾਂ ਨੇ ਕੀਤੀ ਹੈ, ਇਸ ਤਰ੍ਹਾਂ ਉਸ ਮਾਫੀ ਦਾ ਕੋਈ ਸਬੂਤ ਵੀ ਨਹੀਂ ਹੈ। ਮਾਫੀ ਔਰ ਮਾਫੀ 'ਤੇ ਇਹਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਮਾਫੀ ਦਾ, ਇਹਨਾਂ ਨੂੰ ਬਕਾਇਦਾ ਜਿਹੜਾ ਹੈਗਾ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। 2016 ਜੋ ਦਿਵਿਆਂਗਾਂ ਦਾ ਕਾਨੂੰਨ ਹੈ ਉਸ ਐਕਟ ਦੇ ਅਧੀਨ ਉਹਦੇ ਵਿੱਚ ਕੀ ਲਿਖਿਆ ਗਿਆ, ਸੁਪਰੀਮ ਕੋਰਟ ਕੰਨੀਆਂ ਸਿੱਧੇ ਜਿਹੜੇ ਹੈਗੇ ਆ ਹਦਾਇਤਾਂ ਨੇ ਵੀ ਨਾ ਹੀ ਕਿਸੇ ਦਿਵਿਆਂਗ ਦਾ ਕੋਈ ਮਜ਼ਾਕ ਉਡਾ ਸਕਦਾ, ਨਾ ਹੀ ਉਹਨਾਂ ਨੂੰ ਚੱਲਣ ਫਿਰਨ ਦੀ ਰੀਸ ਨਾਲ ਉਹਨਾਂ ਦੇ ਦਿਲਾਂ ਦੇ ਸੱਟ ਲਾ ਕੇ ਉਹਨਾਂ ਨੂੰ ਹੀਣ ਭਾਵਨਾ ਸ਼ਿਕਾਰ ਕਰ ਸਕਦਾ, ਤਾਂ ਉਸ ਐਕਟ ਦੇ ਅਨੁਸਾਰ ਇਹਨਾਂ 'ਤੇ ਸਿੱਧੀ ਕਾਰਵਾਈ ਹੋਣੀ ਚਾਹੀਦੀ ਹੈ, ਇਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਔਰ ਉਹ ਜੁਰਮਾਨਾ ਇਹਨਾਂ ਤੋਂ ਵਸੂਲਿਆ ਜਾਏਗਾ ਇਸ ਗੁਨਾਹ ਦੇ ਵਿੱਚ, ਉਸ ਗੁਨਾਹ ਕਰਕੇ ਜੋ ਉਹਨਾਂ ਨੇ ਕੀਤਾ ਉਹ ਜਿਹੜਾ ਹੈਗਾ ਜੁਰਮਾਨਾ ਉਹ ਦਿਵਿਆਂਗ ਭੈਣ ਭਰਾਵਾਂ ਦੇ ਜੋ ਬਾੜੇ ਲੋੜਵੰਦ ਹੈ ਉਹਨਾਂ ਦੀ ਹੀ ਭਲਾਈ ਵਾਸਤੇ ਉਹ ਵਰਤਿਆ ਜਾਵੇ ਔਰ ਇਸ ਤੋਂ ਬਿਨਾਂ ਜਿਹੜੀ ਕੋਈ ਵੀ ਜਿਹੜਾ ਸਮਝੌਤਾ ਉਹ ਨਹੀਂ ਕੀਤਾ ਜਾਵੇਗਾ, ਇਹਨਾਂ ਨੂੰ ਇਹਨਾਂ 'ਤੇ ਜਿਹੜੀ ਹੈਗੀ ਹੈ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ, ਜ਼ਾਹਿਰ ਤੌਰ 'ਤੇ ਗੁੱਸੇ ਦੇ ਵਿੱਚ ਨੇ ਦਿਵਿਆਂਗ, ਕਹਿ ਰਹੇ ਆ ਕਿ ਕਾਰਵਾਈ ਹੋਣੀ ਚਾਹੀਦੀ ਹੈ, ਜੁਰਮਾਨਾ ਹੋਵੇ, ਉਹ ਜੁਰਮਾਨਾ ਜਿਹੜਾ ਅਪਾਹਿਜ ਦੇ ਵਿੱਚ ਵੰਡਿਆ ਜਾਵੇ, ਤਾਂ ਕਰਕੇ ਗੁੱਸੇ 'ਚ ਨੇ, ਨਾਰਾਜ਼ਗੀ 'ਚ ਨੇ ਔਰ ਨਾਅਰੇਬਾਜ਼ੀ ਕਰਦੇ ਹੋਏ ਡਿਮਾਂਡ ਕਰ ਰਹੇ ਨੇ ਕਿ ਉਹਨਾਂ ਦੇ ਖਿਲਾਫ਼ ਕ੍ਰਿਮੀਨਲ FIR ਦਰਜ ਹੋਵੇ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।